ਬੱਚਿਆਂ ਵਾਸਤੇ ਬਹੁਤ ਵੱਡਾ ਇਨਾਮ ਭੇਜਿਆ ਹੈ ਨੰਗਲ ਬਣਾ ਤੋਂ। ਅਸੀਂ ਉਹਨਾਂ ਦਾ ਤਹਿ ਦਿਲ ਧੰਨਵਾਦ ਕਰਦੇ ਹਾਂ। ਔਰ ਨਾਲ ਹੀ ਨਾਲ ਸਰਪੰਚ ਸਿੰਘ ਪਿੰਡ ਸਾਲੀ ਜਿਨ੍ਹਾਂ ਨੇ ਇੱਕ ਹਜ਼ਾਰ ਰੁਪਇਆ ਮਾਇਕ ਤੌਰ ਤੇ ਇਸ ਟੂਰਨਾਮੈਂਟ ਵਿੱਚ ਹਿੱਸਾ ਪਾਇਆ ਹੈ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। 500 ਰੁਪਇਆ ਸਰੂਵਾਲ ਦੀ ਟੀਮ ਵਾਸਤੇ ਸਪੈਸ਼ਲ ਕਮੇਟੀ ਵੱਲੋਂ ਔਰ ਟਾਲੀ ਬੱਲਾ ਪਿੰਡ ਵੱਲੋਂ ਸਪੈਸ਼ਲ ਤੁਹਾਡਾ ਇੱਥੇ ਆਉਣ ਤੇ ਮਾਣ ਹੈ ਸਰੂਵਾਲ ਦੀ ਟੀਮ ਵਾਸਤੇ। ਉੱਧਰ ਵੇਖ ਰਹੀ ਹੈ ਹਰਜੀਤ ਦੇ ਨਾਲ ਗੱਲ, ਹਰਜੀਤ ਦੇ ਨਾਲ ਗੱਲ ਹੋ ਗਈ ਬਈ, ਉਹ ਟਪਾਤੀ ਆ ਚੀਨ ਦੀ ਕੰਧ, ਚੀਨ ਦੀ ਕੰਧ ਟਪਾ ਕੇ ਰੱਖ ਦਿੱਤੀ ਆ। ਹੈਲੋ ਬਾਬਾ ਜੀ, ਪਰਮਿੰਦਰ ਸਿੰਘ ਪੰਡੀ ਜੀ ਜਿਹਨਾਂ ਨੂੰ ਆਪਾਂ ਸਾਰਾ ਇਲਾਕਾ ਜਾਣਦਾ ਹੈ, ਬੱਚਾ ਬੱਚਾ ਜਾਣਦਾ ਹੈ, ਜੋ ਜੁੜੇ ਹਨ, ਉਹਨਾਂ ਨੇ ਬਹੁਤ ਵੱਡੀ ਮੈਂ ਸਹਾਇਤਾ 2000 ਰੁਪਇਆ ਇਸ ਕਮੇਟੀ ਨੂੰ ਭੇਜਿਆ ਹੈ। ਅਸੀਂ ਉਹਨਾਂ ਦਾ ਤਹਿ ਦਿਲ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਐਡੀ ਵੱਡੀ ਰਕਮ ਦੇ ਕੇ ਇਸ ਕਮੇਟੀ ਦੀ ਸਹਾਇਤਾ ਕੀਤੀ ਹੈ। ਹੈਲੋ ਸਰਦਾਰ ਪਚੱਤਰ ਸਿੰਘ ਜੀ, ਟੁੱਕਾ ਜੀ ਸਰਦਾਰ ਪਚੱਤਰ ਸਿੰਘ ਜੀ ਪਿੰਡ ਟਾਹਲੀ ਦੀ ਟੀਮ ਤੋਂ ਖੁਸ਼ ਹੋ ਕੇ 500 ਰੁਪਇਆ ਭੇਜ ਰਹੇ ਹਨ, ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਪਚੱਤਰ ਸਿੰਘ ਜੀ ਦਾ, ਜਿਨ੍ਹਾਂ ਦਾ ਇਸ ਕੰਮ ਵਿੱਚ ਬਹੁਤ ਵੱਡਾ ਯੋਗਦਾਨ ਹੈ। ਪਿੱਛੇ ਜੋ ਕੀਰਤਨ ਦਰਬਾਰ ਹੋਇਆ ਹੈ ਉਸ ਵਿੱਚ ਵੀ, ਅੱਜ ਜੋ ਟੂਰਨਾਮੈਂਟ ਹੋਣ ਜਾ ਰਿਹਾ ਹੈ ਇਸ ਵਿੱਚ ਵੀ ਤਨ ਮਨ ਤਨ ਇਹਨਾਂ ਨੇ ਸੇਵਾ ਕੀਤੀ ਹੈ। ਸਾਡੀ ਸਾਰੀ ਕਮੇਟੀ ਇਹਨਾਂ ਦਾ ਆਪਣੇ ਦਿਲ ਦੀ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦੀ ਹੈ, ਜਿਨ੍ਹਾਂ ਨੇ ਆਪਣੀ ਟੀਮ ਨਾਲ ਲੈ ਕੇ ਸਰਦਾਰ ਮੱਖਣ ਸਿੰਘ ਸ਼ਿੰਗਾਰ ਸਿੰਘ ਨਾਲ ਲੈ ਕੇ ਕਦੋਂ ਵੀ ਜਦੋਂ ਵੀ ਕਮੇਟੀ ਨੇ ਹੁਕਮ ਕੀਤਾ ਹੈ ਕਿਸੇ ਕੰਮ ਵਾਸਤੇ ਵੀ, ਇਹ ਪੂਰੀ ਦੀ ਪੂਰੀ ਟੀਮ ਉਸੇ ਟਾਈਮ ਹਾਜ਼ਰ ਹੋਈ ਹੈ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਜ਼ਿਆਦਾ ਰਿਣੀ ਹਾਂ, ਧੰਨਵਾਦ ਕਰਦੇ ਹਾਂ। ਇਹਨਾਂ ਸਦਕਾ ਹੀ ਇਹ ਜੋ ਐਡਾ ਵੱਡਾ ਕੁੰਭ ਦਾ ਮੇਲਾ ਹੈ ਇਹ ਲੱਗਾ ਹੋਇਆ ਹੈ ਤਾਂ ਲੱਗਣ ਜਾ ਰਿਹਾ ਹੈ। ਅਸੀਂ ਬਹੁਤ ਬਹੁਤ ਰਿਣੀ ਹਾਂ ਇਹਨਾਂ ਦੇ, ਔਰ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਇਸੇ ਤਰ੍ਹਾਂ ਹੀ ਇਸ ਕਮੇਟੀ ਨੂੰ ਲਗਾਤਾਰ ਸਾਥ ਦਿੰਦੇ ਰਹਿਣਗੇ ਤਾਂ ਕਿ ਇਸ ਪਿੰਡ ਦਾ ਆਉਣ ਟਾਈਮ 'ਤੇ ਹੋਰ ਕਈ ਕਿਸਮਾਂ ਕਰਕੇ, ਕਈ ਕਾਰਨਾਂ ਕਰਕੇ ਹੋਰ ਸੁਧਾਰ ਹੋ ਸਕੇ। ਵਾਹਿਗੁਰੂ ਜੀ। ਸੁਭਾ ਜੀ, ਸਰਦਾਰ ਬਜਿੱਤਰ ਸਿੰਘ ਨੇ
500 ਰੁਪਈਆ ਟਾਹਲੀ ਦੀ ਟੀਮ ਵਾਸਤੇ ਭੇਜਿਆ ਹੈ। ਰਤਨ ਟਾਹਲੀ ਕੋਲੋਂ ਲੈ ਲਿਓ ਬਈ ਆਪਣਾ ਸਰਦਾਰ ਬਜਿੱਤਰ ਸਿੰਘ ਨੇ 500 ਰੁਪਈਆ, ਇਹ ਟਾਹਲੀ ਦੇ 15 ਤੇ ਸਰੂਪ ਵਾਲ ਦੇ 19 ਤਾੜੀਆਂ ਮਾਰਦੇ ਵੀ ਬਰਾਬਰ ਮੈਚ ਚੱਲਦਾ ਪਿਆ। ਜਿਹੜੇ ਮੇਰੇ ਵੀਰ ਦੀ ਚੂਨੇ ਤੇ ਡਿਊਟੀ ਲੱਗੀ ਹੈ, ਚੂਨਾ ਪਾਉਣਾ ਤੇ ਚੂਨਾ ਲਾਉਣਾ ਦੋ ਚੀਜ਼ਾਂ ਨੇ। ਚੂਨਾ ਲਾਉਣਾ ਵੀ ਮੇਰਾ ਵੀਰ ਚੂਨਾ ਪਾਉਣਾ ਵਾ, ਜਿਹਦੀ ਚੂਨੇ ਤੇ ਡਿਊਟੀ ਲੱਗੀ ਹੈ ਕਿਰਪਾ ਕਰਕੇ ਚੂਨਾ ਪਾ ਦੇ, ਮਿਹਰਬਾਨੀ ਹੋਏਗੀ। ਕਿਉਂਕਿ ਲਾਈਨਾਂ ਦੇ ਉੱਤੇ ਪਤਾ ਨਹੀਂ ਲੱਗ ਰਿਹਾ, ਤੇ ਆਹ ਛੋਟੇ ਜਿੰਨੇ ਖਿਡਾਰੀ ਮੇਰਾ ਵੀਰ ਜਿੰਨਾ ਖੇਡਣਾ ਗਰਾਊਂਡ 'ਚ, ਬਾਕੀ ਸਾਰੇ ਬਾਹਰ, ਜਿੰਨਾ ਖੇਡਣਾ ਉਹਨਾਂ ਤੋਂ ਇਲਾਵਾ ਸਾਰੇ ਗਰਾਊਂਡ ਦੇ ਵਿੱਚ ਬਾਹਰ। ਪੰਜ ਸੌ ਰੁਪਈਆ ਸੁਖਜਿੰਦਰ ਸਿੰਘ ਰੂਪੀ ਯੂਐਸ ਵਾਲੇ ਖਜਾਨਟੀ ਸਾਹਿਬ ਟਾਹਲੀ ਵਾਲੀ ਟੀਮ ਵਾਸਤੇ 500 ਰੁਪਈਆ ਉਹਨਾਂ ਨੂੰ ਭੇਜਿਆ, ਉਹ ਰਤਨ ਟਾਹਲੀ ਕੋਲੋਂ ਲੈ ਲਿਓ ਬਈ। ਬੜਾ ਫਸਮਾ ਕਬੱਡੀ ਦਾ ਮੈਚ ਚੱਲਦਾ ਹੋਇਆ, ਕਦੀ ਇੱਕ ਪੁਆਇੰਟ ਇੱਧਰ ਕਦੀ ਇੱਕ ਪੁਆਇੰਟ ਇੱਧਰ। ਇਹ ਤੁਹਾਡੇ ਸਾਰੇ ਇਲਾਕੇ ਦੇ ਬੱਚੇ ਨੇ, ਕੋਈ ਬੇਗਵਾਲ ਦਾ, ਕੋਈ ਸਰੂਵਾਲ ਦਾ, ਕੋਈ ਟਾਹਲੀ ਦਾ, ਕੋਈ ਬੱਲੇ ਦਾ, ਕੋਈ ਬੱਲੋ ਚੱਕਦਾ, ਇਹ ਸਾਰੇ ਤੁਹਾਡੇ ਇਲਾਕੇ ਦੀ ਪਨੀਰੀ ਜਿਹੜੀ ਹੈ ਦੁਬਾਰਾ ਸੁਰਜੀਤ ਹੋ ਰਹੀ ਹੈ ਸਰੂਪਵਾਲ ਦੀ ਧਰਤੀ ਦੇ ਉੱਤੇ ਅਕੈਡਮੀ ਦੇ ਵਿੱਚ। ਅਸੀਂ ਫਿਰ ਸਾਡੀ ਪੂਰੀ ਅਕੈਡਮੀ ਜਿਹੜੀ ਹੈਗੀ ਆ, ਸਾਡੀ ਆਵਾਜ਼ ਹੈ ਇਲਾਕੇ ਦੇ ਵਿੱਚ, ਉਹ ਕੱਲੀ ਸਰੂਪਵਾਲ ਵਾਸਤੇ ਨਹੀਂ, ਸਾਰੇ ਇਲਾਕੇ ਦੇ ਬੱਚੇ, ਤੁਸੀਂ ਜਿਹੜਾ ਮਰਜ਼ੀ ਬੱਚਾ ਜਿਹੜਾ ਉਹ ਸਰੂਪਵਾਲ ਦੀ ਧਰਤੀ ਦੇ ਉੱਤੇ ਅਕੈਡਮੀ ਜਿਹੜੀ ਖੁੱਲ੍ਹੀ ਹੈ ਉਹਦੇ ਵਿੱਚ ਜਿਹੜਾ ਵੀ ਬੱਚਾ ਕਬੱਡੀ ਖੇਡਣੀ ਚਾਹੁੰਦਾ, ਉਹਨਾਂ ਦੇ ਮਾਂ ਪਿਓ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵਿਹਲਿਆਂ ਕੰਮਾਂ ਤੋਂ ਛਡਾ ਕੇ ਅਤੇ ਕਬੱਡੀ ਦੇ ਖੇਤਰ ਦੇ ਵਿੱਚ ਭੇਜੋ, ਤਾਂ ਕਿ ਸਿਹਤਮੰਦ ਬੱਚੇ ਜਿਹੜੇ ਨੇ ਉਹ ਹੀ ਆਉਣ ਵਾਲੇ ਸਮੇਂ ਨੂੰ ਕਮਾਂਡ ਕਰ ਸਕਦੇ ਨੇ। ਚੱਲ ਬਈ ਜਵਾਨਾ ਪਾ ਬਈ ਕਬੱਡੀਆਂ, ਇਹ ਕਾਕੇ ਦੀ ਕਬੱਡੀ ਹੈ ਬਈ, ਕਾਕਾ ਇੱਕ ਕਾਕਾ ਕਾਲੂਵਾਲ ਅਤੇ ਇੱਕ ਕਾਕਾ ਕਾਰੀ ਸਾਰੀ ਅਤੇ ਇੱਕ ਕਾਕਾ ਆਹ ਦੇਖ ਲਓ ਤੁਹਾਡੇ ਸਾਹਮਣੇ, ਇਹ ਕਾਕਿਆਂ ਦਾ ਨਾਂ ਜਿਹੜਾ ਦੁਨੀਆਂ ਦੇ ਵਿੱਚ ਮਸ਼ਹੂਰ ਹੋਇਆ, ਕਾਕਾ ਕਾਰੀ ਸਾਰੀ ਔਰ ਕਾਕਾ ਕਾਲੂਵਾਲ ਔਰ ਕਾਕਾ ਇੱਕ ਸੁਰਖਪੁਰ ਦਾ ਅਤੇ ਇੱਕ ਕਾਕਾ ਬੇਗਵਾਲ ਦਾ ਸਰੂਪਵਾਲ ਵੱਲੋਂ ਖੇਡਦਾ। ਉੱਧਰ ਦੇਖ ਆਹ ਲਾਇਆ ਪਿਆ ਮੁੰਡਾ ਤੋਂ ਸੀਮਟ ਦਾ ਜੋੜ, ਹਰਜਿੰਦਰ ਖਾਨਾ ਵਾਲੀ ਵਰਗੀ ਗੱਲ ਕਰਕੇ ਵਿਖਾਲ ਦਿੱਤੀ ਵੀ ਇਸ ਨੌਜਵਾਨ ਨੇ, ਰਾਹੁਲ ਨਾਂ ਹੈ ਇਸ ਨੌਜਵਾਨ ਦਾ, ਬਹੁਤ ਵਧੀਆ ਕਬੱਡੀ ਜੱਫਾ ਲਾਇਆ ਰਾਹੁਲ ਨੌਜਵਾਨ। ਹੈਲੋ ਜਗਤਾਰ ਸਿੰਘ ਜੀ, ਟਾਹਲੀ ਜੋ ਕਿ ਪ੍ਰਧਾਨ ਹਨ ਪੰਦਵਾ ਪ੍ਰੇਮ ਸਿੰਘ ਗੁਰਦੁਆਰਾ ਸਾਹਿਬ ਦੇ, ਉਹਨਾਂ ਨੇ ਇਸ ਕਮੇਟੀ ਨੂੰ 500 ਰੁਪਏ ਭੇਜਿਆ ਹੈ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ। ਔਰ ਬਾਕੀ ਰਹਿੰਦੇ ਹੋਏ ਬੇਨਤੀ ਹੈ ਕਿ ਜਿਹੜੇ ਜਿਹੜੇ ਵਿਅਕਤੀ ਰਹਿ ਗਏ ਨੇ ਹਿੱਸਾ ਨਹੀਂ ਪਾਇਆ ਅਜੇ ਤੱਕ, ਉਹ ਵੀ ਇਸ ਵੇਲੇ ਹਿੱਸਾ ਪਾਉਣ ਦੀ ਕਿਰਪਾਲਤਾ ਕਰਨ। ਸ਼ੈਂਟੀ ਆ ਗਿਆ ਬਾਈ ਤਗੜੇ ਹਜ਼ਾਰਾਂ, ਇੱਕ ਪਾਸੇ ਰਾਹੁਲ ਤੇ ਇੱਕ ਪਾਸੇ ਹਰਦੀਪ ਤੇ ਵਿਚਕਾਰ ਲੱਗਾ ਸੂਬੀ, ਹੋ ਗਈ ਆ ਰਾਹੁਲ ਦੇ ਨਾਲ ਗੱਲ ਬਾਈ, ਰਾਹੁਲ ਦੇ ਨਾਲ ਹੋ ਗਈ ਆ ਸ਼ੈਂਟੀ ਦੀ ਗੱਲ, ਵੇਖ ਕਿਹੋ ਜਿਹੀ ਗੱਲ ਕਰਕੇ ਵਿਖਾਲਦਾ ਬਈ ਰਾਹੁਲ, ਰਾਹੁਲ ਤੇ ਸ਼ੈਂਟੀ ਹੋਇਆ ਨੀ, ਮੇਣੋ ਮੇਣੀ, ਮੇਣੋ ਮੇਣੀ ਹੋਏ ਪਏ ਨੀ ਜਵਾਨ, ਮੇਣੋ ਮੇਣੀ ਹੋਏ ਪਏ ਜਵਾਨ। ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਇਹ ਜਿਹੜਾ ਕੁੰਭ ਦਾ ਮੇਲਾ ਜਿਹੜਾ ਬਾਹਰੀ ਸਾਡੀ ਆਉਣਾ, 2 ਮਿੰਟ ਬਾਅਦ ਫੇਰ ਆ ਜਾਣਾ ਹੈ, ਤਗੜਾ ਹੋ ਰਹਾ ਉਹਨੂੰ ਕੋਈ ਗੱਲ ਨਹੀਂ। ਔਰ ਕਬੱਡੀ ਦੇ ਬੋਲਾਂ ਤੋਂ ਖੁਸ਼ ਹੋ ਕੇ
ਮੇਰਾ ਵੀਰ ਸੁਰਿੰਦਰ ਸਿੰਘ ਕਾਹਲੀ ਮੈਨੇਜਰ ਸਾਹਿਬ 100 ਰੁਪਏ ਦਾ ਖੂਬ ਖੂਬ ਨੂੰ ਨਾਮ ਮੇਰੇ ਵਾਸਤੇ ਭੇਜਿਆ। ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਆਪਣੇ ਵੀਰਾਂ ਦੇ ਜਿਹੜੇ ਕਬੱਡੀ ਬੋਲਾਂ ਦਾ ਮਾਣ ਜੈਮਲ ਸਿੰਘ ਲਾਟੀ ਸਾਹਿਬ ਹੈਲੋ ਦੋਨਾਂ ਟੀਮਾਂ ਵਾਸਤੇ 500-500 ਰੁਪਇਆ ਤੇ ਸਾਡੇ ਸੱਤੀ ਪ੍ਰਧਾਨ ਸਲੇਮਪੁਰ ਸਾਡੇ ਚ ਆਮਦ ਹੋਈ ਹੈ। ਆਪਣੇ ਸਾਥੀਆਂ ਸਮੇਤ ਸਾਡੇ ਦਰਮਿਆਨ ਪਹੁੰਚੇ ਨੇ ਸੱਤੀ ਪ੍ਰਧਾਨ ਸਲੇਮਪੁਰ ਤੋਂ ਗੋਡੀਆਂ ਗਹਿਰਾਈਆਂ ਤੋਂ ਕੀ ਆਇਆ ਗੁਰਨਾਮ ਸਿੰਘ USA ਤੋਂ ਪਾਲ ਸਿੰਘ ਸੱਤੀ ਜਿਹੜੇ ਕਿ ਪਿੰਡ ਸਲੇਮਪੁਰ ਦੇ ਮੈਂਬਰ ਪੰਚਾਇਤ ਮੌਜੂਦਾ ਹਨ। ਪਰਮਿੰਦਰ ਸਿੰਘ ਬੰਟੀ ਵੱਲੋਂ 500 ਰੁਪਏ ਦਾ ਖੂਬਸੂਰਤ ਇਨਾਮ ਹੈ ਸਰੂਪਵਾਲ ਅਕੈਡਮੀ ਵਾਸਤੇ। ਹੋਰ ਵੀ ਹੈਲੋ ਸੁਭਾਸ਼ ਸਿੰਘ ਸੱਤੀ ਪਿੰਡ ਸਲੇਮਪੁਰ ਤੋਂ ਅਸੀਂ ਕਾਹਲੀ ਪੱਲਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਇਹਨਾਂ ਨੂੰ ਜੀ ਆਇਆ ਕਹਿੰਦੇ ਹਾਂ। ਇਹ ਇੱਕ ਬਹੁਤ ਮਹਾਨ ਸ਼ਖਸੀਅਤ ਹਨ ਜੋ ਕਿ ਪਿੰਡ ਸਲੇਮਪੁਰ ਵਿਖੇ ਹਰ ਸਾਲ 2 ਦਿਨ ਦਾ ਟੂਰਨਾਮੈਂਟ ਕਰਵਾਉਂਦੇ ਹਨ ਬਹੁਤ ਵੱਡੇ ਪੱਧਰ ਤੇ। ਮੇਰੇ ਖਿਆਲ ਹੁਣ ਵੀ ਬਹੁਤ ਜਲਦੀ 5-6 ਤਰੀਕ ਸਲੇਮਪੁਰ ਵਿਖੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਵੀ ਇਸ ਤਰ੍ਹਾਂ ਹੀ ਹਾਈ ਲਵਾਂ ਦੀ ਕਿਰਪਾਲਤਾ ਕਰਨੀ ਕਿਉਂਕਿ ਇਹ ਜੋ ਮੈਚ ਹਨ ਇਹ ਜੋ ਖਿਡਾਰੀ ਹਨ ਇਹ ਜੋ ਖੇਡਦੇ ਹਨ ਪਬਲਿਕ ਬੈਠੀ ਹੋਵੇ ਇਹਨਾਂ ਦਾ ਵੀ ਹੌਸਲਾ ਵੱਧਦਾ ਹੈ ਦਿਲ ਵੱਧਦਾ ਹੈ। ਅਸੀਂ ਧੰਨਵਾਦ ਕਰਦੇ ਹਾਂ ਬਲਵੀਰ ਸਿੰਘ ਫਰੈਂਡ ਸਾਹਿਬ ਦਾ ਜਿਨ੍ਹਾਂ ਨੇ 500 ਰੁਪਇਆ ਭੇਜਿਆ ਹੈ ਇਸ ਕਮੇਟੀ ਨੂੰ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਯਾਰਾਂ ਜੀ। ਤੋ ਸਾਡੇ ਦਰਮਿਆਨ ਮਹਾਨ ਸ਼ਖਸੀਅਤਾਂ ਦੀ ਆਮਦ ਹੋਈ ਹੈ ਸੱਤੀ ਪ੍ਰਧਾਨ ਵਰਗੇ ਨੌਜਵਾਨ ਜਿਨ੍ਹਾਂ ਨੇ ਕਬੱਡੀ ਦੇ ਖੇਤਰ ਦੀ ਪਹਿਲਵਾਨੀ ਦੇ ਖੇਤਰ 'ਚ ਵੀ ਮੱਲਾਂ ਮਾਰੀਆਂ। ਉੱਧਰ ਦੇਖ ਹੰਦਿਆਂ ਦਾ ਬਾਦਸ਼ਾਹ, ਹੰਦਿਆਂ ਦਾ ਬਾਦਸ਼ਾਹ ਤਾੜੀਆਂ ਮਾਰਦੇ ਹੋਏ ਮੇਲਾ ਲੁੱਟਦੇ ਬਈ ਇਸ ਨੌਜਵਾਨ ਨੇ। ਹੰਦਿਆਂ ਦਾ ਬਾਦਸ਼ਾਹ ਬਣ ਗਿਆ ਬਈ ਮੰਗੀ ਵਾਂਗੂ ਇਸ ਨੌਜਵਾਨ ਨੇ। ਸਾਡੇ ਬਿੱਟੂ ਸਾਊਂਡ ਜਿਹਦੀ ਬਹੁਤ ਵਧੀਆ ਸਾਊਂਡ ਹੈ ਉਹਨੇ ਵੀ ਕਬੱਡੀ ਦੇ ਬੋਲਾਂ ਦਾ ਮਾਣ ਕਰਦੇ ਹੋਏ ਮੇਰੇ ਵਾਸਤੇ ਵੀ 100 ਰੁਪਇਆ ਭੇਜਿਆ ਬਿੱਟੂ ਸਾਊਂਡ। ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਆਪਣੇ ਛੋਟੇ ਵੀਰ ਦਾ, ਬਹੁਤ ਵਧੀਆ ਸਾਊਂਡ ਹੈ ਇਸ ਵੀਰ ਦੀ। ਆਮ ਹੀ ਗਰਾਊਂਡਾਂ ਦੇ ਵਿੱਚ ਜਾਂਦੇ ਰਹੀਦਾ ਜਾਈਦਾ ਤੇ ਇਹੋ ਜਿਹੀਆਂ ਸਾਊਂਡਾਂ ਜਿਹੜੀਆਂ ਬਹੁਤ ਘੱਟ ਵੇਖਣ ਨੂੰ ਮਿਲਦੀਆਂ। ਹੈਲੋ ਕੈਪਟਨ ਰਤਨ ਸਿੰਘ ਜੀ ਵੱਲੋਂ ਵੀ 500 ਰੁਪਇਆ ਇਸ ਸੁਸਾਇਟੀ ਨੂੰ ਆਇਆ ਹੈ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 500 ਰੁਪਇਆ ਕੈਪਟਨ ਸਾਹਿਬ ਭੇਜਿਆ ਹੈ। ਔਰ ਨਾਲ ਹੀ ਨਾਲ ਸਤਪਾਲ ਸਿੰਘ ਸੱਤੀ 2000 ਰੁਪਇਆ ਇਸ ਸੁਸਾਇਟੀ ਨੂੰ ਦੇ ਰਹੇ ਹਨ। ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਦੇ ਹੋਏ ਨਾਲ ਨਾਲ ਮਾਇਕ ਤੌਰ 'ਤੇ ਇਸ ਸੁਸਾਇਟੀ ਦੀ ਹੈਲਪ ਕੀਤੀ। ਹੈਲੋ ਸੁਰਜੀਤ ਸਿੰਘ ਚੌਹਾਨ
ਮੈਂਬਰ ਪੰਚਾਇਤ ਸਾਡੇ ਵਿੱਚ ਪਹੁੰਚੇ ਹਨ, ਅਸੀਂ ਇਹਨਾਂ ਦਾ ਵਿਜੀ ਆਇਆ ਆਖਦੇ ਹਾਂ, ਇਹਨਾਂ ਦਾ ਵਿਜੀ ਆਇਆ ਆਖਦੇ ਹਾਂ। ਚਲੋ ਜਵਾਨਾ, ਉਹ ਹੋ ਗਈ ਛੇਤੀ ਦੀ ਹਰਦੀਪ ਦੇ ਨਾਲ ਗੱਲ, ਹਰਦੀਪ ਦੇ ਨਾਲ ਗੱਲ ਹੋ ਗਈ ਛੇਤੀ ਦੀ। ਆ ਗਈ ਉਹ ਵੇਲੜੇ ਦੇ ਵਿੱਚ ਲੱਤ ਵੇਖ ਕਿਹੋ ਜੀ ਗੱਲ ਕਰਕੇ ਬਾਲ ਖਾਲਦਾ ਹਰਦੀਪ, ਹਰਦੀਪ ਨੌਜਵਾਨ ਉਹ ਹਰਜਿੰਦਰ ਖਾਨੋ ਵਾਲੀ ਜੀ ਗੱਲ ਤਾੜੀਆਂ ਮਾਰ ਦਿਓ ਵੀ ਇੱਕ ਵਾਰੀ, ਮੇਲਾ ਗਰਮ ਕਰਕੇ ਰੱਖ ਦਿੱਤਾ ਬਈ ਦੋਨੇ ਟੀਮਾਂ ਨੇ, ਕਮਾਲ ਦੀਆਂ ਕਬੱਡੀਆਂ ਪਾਉਂਦੇ ਹੋਏ ਨੌਜਵਾਨ ਤੇ ਕਮਾਲ ਦੇ ਜੱਫੇ ਲਾਉਂਦੇ। ਆ ਮੂੰਹ ਸਪਰੇ ਭਾਜੀ ਬੱਬਲ ਭਾਜੀ, ਮੂੰਹ ਸਪਰੇ ਜਿਹਦੇ ਕੋਲ ਵੀ ਹੈਗੀ ਆ ਗਰਾਊਂਡ 'ਚ ਪਹੁੰਚਾਓ ਆਈ ਮੂੰਹ ਸਪਰੇ। ਜਵਾਨਾ ਆ ਗਿਆ ਵੀ ਛਾਂਵੇਂ ਸਰੀਰ ਦਾ ਨੌਜਵਾਨ ਤਗੜੇ ਹੋ ਜਾਓ ਆਈ, ਵੇਖ ਹੁਣ ਕਿਹਦੇ ਨਾਲ ਗੱਲ ਹੁੰਦੀ ਆ, ਰਾਹੁਲ ਨਾਲ ਗੱਲ ਹੁੰਦੀ, ਹਰਦੀਪ ਨਾਲ ਗੱਲ ਹੋ ਗਈ ਬਈ, ਗੱਲ ਹੋ ਗਈ ਹਰਦੀਪ ਦੇ ਨਾਲ। ਤੋਲ ਦਿੱਤਾ ਜਿਵੇਂ ਮੰਡੀ ਕਰਨ ਵਾਲੇ ਕੰਡਾ ਤੋਲਦੇ ਨੇ, ਅੱਜ ਕਮਾਲਾਂ ਕਰਕੇ ਰੱਖ ਦਿੱਤੀਆਂ ਨੀ ਹਰਦੀਪ, ਅੱਜ ਬਰਾੜ ਦੀਆਂ ਯਾਦਾਂ ਦਵਾਤੀਆਂ ਬਈ ਹਰਦੀਪ ਨੇ, ਕਮਾਲ ਕਰਕੇ ਰੱਖ ਦਿੱਤੀ ਆ, ਕਮਾਲ ਕਰਕੇ ਰੱਖ ਦਿੱਤੀ। ਡਰਿਆ ਨਾ ਕਰੋ ਜਵਾਨੋ, ਇਹ ਭੰਗੜਾ ਵੀ ਪੱਟਾਂ ਦੇ ਜ਼ੋਰ ਨਾਲ ਪੈਂਦਾ ਤੇ ਕਬੱਡੀਆਂ ਵੀ ਪੱਟਾਂ ਦੇ ਜ਼ੋਰਾਂ ਨਾਲ ਪੈਂਦੀਆਂ ਜਵਾਨੋ। ਉੱਧਰ ਕਾਕੇ ਦੀ ਕਬੱਡੀ, ਕਾਕੇ ਦੀ ਕਬੱਡੀ ਆ ਬਈ, ਤਗੜੇ ਹੋ ਜਾਓ ਬਈ ਜਵਾਨੋ। ਉਹ ਹੋ ਗਿਆ ਜੀ ਦਸ ਪੰਜਾ ਕਾਕੇ ਦੇ ਨਾਲ, ਮਾਰਦਾ ਜੀ ਛਾਲਾ ਕਾਕਾ ਨੌਜਵਾਨ, ਵੇਖ ਕਿਹੋ ਜੀ ਗੱਲ ਕਰਕੇ ਵਿਖਾਲਦਾ ਵੀ ਕਾਕਾ ਨੌਜਵਾਨ, ਨੰਬਰ ਹੋ ਗਿਆ ਨੰਬਰ ਰੇਡ ਦਾ ਹੋ ਗਿਆ ਬਈ, ਰੇਡ ਦਾ ਨੰਬਰ ਹੋ ਗਿਆ। ਗੋਲੀ ਕੋਈ ਚੱਕਰ ਨਹੀਂ, ਉੱਧਰ ਦੇਖ ਉੱਧਰ ਵੇਖ, ਟੋਲੀ ਵੀ ਆਈ ਕੰਡੇ ਵੱਲੋਂ ਆਵੇ, ਕਹਿੰਦਾ ਜਦੋਂ ਗੱਡੀਆਂ 'ਚ ਗੱਡੀਆਂ ਵੱਜੀਆਂ ਨੀ ਪਿੱਲੋ ਤੇਰੀ ਤੋਰ ਵੇਖ ਕੇ, ਜੀ ਟੀ ਰੋਡ 'ਤੇ ਬਰੇਕਾਂ ਲੱਗੀਆਂ ਨੀ ਉਹ ਦਨਾਲੀ ਭਰਾ।